ਹੈਲੋ एवरीवन ਆਮ ਗਿਤਿਕਾ ਹੇਰ ਤੇ ਮੈਂ ਇਹ ਵੀਡੀਓ ਬਣਾ ਰਹੀ ਆ ਤੁਹਾਡੇ ਜਿਹੜੇ ਡਾਊਟਸ ਨੇ ਆਪਣੇ ਐਗਜ਼ਾਮੀਨੇਸ਼ਨ ਨੂੰ ਲੈ ਕੇ ਕਿ ਤੁਹਾਡੇ ਐਗਜ਼ਾਮਸ ਕਿੱਦਾਂ ਹੋਣੇ ਨੇ ਉਹਦੇ ਲਈ ਵੀਡੀਓ ਬਣਾ ਰਹੀ ਹਾਂ ਤਾਂ ਕਿ ਜਿਹੜੇ ਤੁਹਾਡੇ ਸਾਰੇ ਡਾਊਟਸ ਨੇ ਉਹ ਕਲੀਅਰ ਹੋ ਸਕਣ ਤੁਹਾਨੂੰ ਆਪਣੀ ਐਗਜ਼ਾਮੀਨੇਸ਼ਨ ਦੇ ਰਿਲੇਟਡ ਕੋਈ ਵੀ ਤੁਹਾਡੇ ਮਾਈਂਡ ਦੇ ਵਿੱਚ ਕੁਆਰੀ ਨਾ ਰਹੇ ਤੇ ਇਹ ਮੇਰੇ ਕੋਲ ਸਰਕੂਲਰ ਹੈ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਅਪਲੋਡ ਕੀਤਾ ਗਿਆ ਸੀ ਤੇ ਇਹ ਸਰਕੂਲਰ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਤਾਂ ਆਪਾਂ ਪੜ੍ਹਦੇ ਹਾਂ ਵੀ ਇਹ ਸਰਕੂਲਰ ਦੇ ਵਿੱਚ ਇਸ ਲੈਟਰ ਦੇ ਵਿੱਚ ਉਹਨਾਂ ਨੇ ਕੀ ਕੀਆ ਹੈ ਵਿਸ਼ਾ ਕੀ ਹੈ ਇਹਦਾ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਅਕਾਦਮਿਕ ਸਾਲ 2020-21 ਲਈ ਬੋਰਡ ਸ਼੍ਰੇਣੀਆਂ 5ਵੀਂ 8ਵੀਂ 10ਵੀਂ ਅਤੇ 12ਵੀਂ ਲਈ ਪ੍ਰੀਖਿਆ ਮੁਲਾਂਕਣ ਨੀਤੀ ਸੰਬੰਧੀ ਹਦਾਇਤਾਂ ਮਤਲਬ ਕਿ ਕਿੰਨਾ ਪੇਪਰ ਹੋਣੇ ਨੇ ਕਿਹੜੀਆਂ ਟਰਮਜ਼ ਦੇ ਵਿੱਚ ਡਿਵਾਈਡ ਹੋਣਗੇ ਉਹ ਉਹਨਾਂ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਆਪਾਂ ਉੱਪਰ ਵਾਲਾ ਮਟੀਰੀਅਲ ਹੈ ਜਿਹੜਾ ਉਹਨਾਂ ਨੇ ਵੈਸੇ ਦਿੱਤਾ ਹੋਇਆ ਹੈ ਕੋਈ ਜ਼ਿਆਦਾ ਰੈਲੇਵੈਂਟ ਮਟੀਰੀਅਲ ਨਹੀਂ ਹੈ ਆਪਾਂ ਅੱਗੇ ਜੜੀਆਂ ਉਹਨਾਂ ਦੀਆਂ ਟਰਮਜ਼ ਐਂਡ ਕੰਡੀਸ਼ਨਸ ਨੇ ਉਹ ਪੜ੍ਹਦੇ ਹਾਂ ਪਹਿਲੀ ਟਰਮ ਹੈ ਅਕਾਦਮਿਕ ਸੈਕਸ਼ਨ ਨੂੰ ਦੋ ਟਰਮਸ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਟਰਮ ਲਈ ਬੋਰਡ ਵੱਲੋਂ ਨਿਰਧਾਰਿਤ ਪਾਠਕ੍ਰਮ ਦੇ ਆਧਾਰ ਤੇ ਟਰਮ 1 ਦੀ ਪ੍ਰੀਖਿਆ ਨਵੰਬਰ-ਦਸੰਬਰ ਮਹੀਨੇ ਵਿੱਚ ਅਤੇ ਟਰਮ 2 ਦੀ ਪ੍ਰੀਖਿਆ ਫਰਵਰੀ-ਮਾਰਚ ਦੇ ਮਹੀਨੇ ਵਿੱਚ ਹੋਵੇਗੀ। ਟਰਮ 1 ਦੀ ਪ੍ਰੀਖਿਆ ਨਵੰਬਰ-ਦਸੰਬਰ ਟਰਮ 2 ਦੀ ਪ੍ਰੀਖਿਆ ਫਰਵਰੀ ਮਾਰਚ ਦੇ ਮਹੀਨੇ ਵਿੱਚ ਹੋਵੇਗੀ ਟਰਮ 1 ਦੀ ਲਿਖਤੀ ਪ੍ਰੀਖਿਆ ਬਹੁ ਵਿਕਲਪੀ ਪ੍ਰਸ਼ਨ ਜਿਨ੍ਹਾਂ ਨੂੰ ਆਪਾਂ MCQ ਕੁਐਸ਼ਨਸ ਕਹਿੰਦੇ ਆ ਤੇ ਆਧਾਰਿਤ ਹੋਵੇਗੀ ਪ੍ਰਸ਼ਨ ਉੱਤਰ ਬੋਰਡ ਵੱਲੋਂ ਭੇਜੇ ਜਾਣਗੇ ਹਾਂਜੀ ਪ੍ਰਸ਼ਨ ਉੱਤਰ ਨੇ ਜਿਹੜੇ ਇਹ ਪ੍ਰਸ਼ਨ ਜਿਹੜੇ ਪੇਪਰ ਨੇ ਤੁਹਾਡੇ ਕੁਐਸ਼ਨ ਪੇਪਰਸ ਹੁੰਦੇ ਨੇ ਇਹ ਬੋਰਡ ਵੱਲੋਂ ਆਣਗੇ ਸਕੂਲ ਵਾਲੇ ਨਹੀਂ ਬਣਾਣਗੇ ਇਨ੍ਹਾਂ ਪ੍ਰਸ਼ਨ ਉੱਤਰਾਂ ਦਾ ਹੱਲ OMR ਸ਼ੀਟ ਤੇ ਕੀਤਾ ਜਾਵੇਗਾ ਇਨ੍ਹਾਂ ਜਿਹੜਾ ਕੁਐਸ਼ਨ ਪੇਪਰਸ ਦਾ ਹੱਲ ਹੈ ਜਿਹੜੇ ਤੁਸੀਂ ਆਨਸਰਸ ਦੇਣੇ ਨੇ ਉਹ OMR ਸ਼ੀਟਸ ਤੇ ਹੋਣਗੇ OMR ਸ਼ੀਟਸ ਦਾ ਪੈਟਰਨ ਹੈ ਜਿਹੜਾ ਉਹ ਅਪਡੇਟ ਕਰ ਦਿੱਤਾ ਜਾਵੇਗਾ ਅੱਗੇ ਹੈ ਟਰਮ ਦੀ ਲਿਖਤੀ ਪ੍ਰੀਖਿਆ ਤੀਜੇ ਪੁਆਇੰਟ ਦੇ ਵਿੱਚ ਟਰਮ ਦੀ ਲਿਖਤੀ ਪ੍ਰੀਖਿਆ ਟਰਮ 2 ਵਿੱਚ ਪ੍ਰੀਖਿਆ ਛੋਟੇ ਉੱਤਰਾਂ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ਤੇ ਆਧਾਰਿਤ ਹੋਵੇਗੀ ਮਤਲਬ ਕਿ ਟਰਮ 1 ਦੇ ਵਿੱਚ MCQ ਕੁਐਸ਼ਨਸ ਆਣਗੇ ਜਿਦਾ ਆਪਾਂ ਨੂੰ ਉੱਪਰ ਉਹਨਾਂ ਨੇ ਕਿਹਾ ਸੀ ਕਿ ਟਰਮ 1 ਫਰਸਟ ਦੇ ਵਿੱਚ ਜਿਹੜੀ ਕਿ ਤੁਹਾਡੀ ਨਵੰਬਰ ਦਸੰਬਰ ਚ ਜਿਹੜੇ ਪੇਪਰ ਹੋਣੇ ਆ ਉਹ MCQ ਕੁਐਸ਼ਨਾਂ ਦੇ ਵਿੱਚ ਆਊਗਾ ਤੇ ਜਿਹੜੀ ਟਰਮ 2 ਦੀ ਪ੍ਰੀਖਿਆ ਵਾ ਉਹਦੇ ਤੇ ਛੋਟੇ ਅਤੇ ਵੱਡੇ ਕੁਐਸ਼ਨ ਹੋਣਗੇ ਪ੍ਰਸ਼ਨ ਪੱਤਰ ਬੋਰਡ ਵੱਲੋਂ ਹੀ ਭੇਜਿਆ ਜਾਵੇਗਾ ਜਿਹੜਾ ਇਹਦਾ ਕੁਐਸਚਨ ਪੇਪਰ ਆ ਉਹ ਵੀ ਤੁਹਾਡਾ ਬੋਰਡ ਦੇ ਵੱਲੋਂ ਹੀ ਆਏਗਾ ਸਕੂਲ ਵਾਲੇ ਨਹੀਂ ਤਿਆਰ ਕਰਨਗੇ ਚੌਥੀ ਕੀ ਹੈ ਚੌਥੀ ਆ ਬੋਰਡ ਵੱਲੋਂ ਟਰਮ 1 ਅਤੇ ਟਰਮ 2 ਦੀਆਂ ਪ੍ਰੀਖਿਆ ਨੂੰ ਵੇਟੇਜ ਦਿੰਦੇ ਹੋਏ ਪ੍ਰੀਖਿਆਰਤਿਆਂ ਦਾ ਫਾਈਨਲ ਨਤੀਜਾ ਕੋਸ਼ਿਸ਼ ਕੀਤਾ ਜਾਵੇਗਾ ਮਤਲਬ ਕਿ ਜੋ ਤੁਹਾਡੇ ਨਵੰਬਰ ਦਸੰਬਰ ਦੇ ਵਿੱਚ ਪੇਪਰ ਹੋਣੇ ਨੇ ਤੇ ਜਿਹੜੇ ਤੁਹਾਡੇ ਫਰਬਰੀ ਮਾਰਚ ਦੇ ਵਿੱਚ ਪੇਪਰ ਹੋਣੇ ਨੇ ਦੋਹੇ ਦੇ ਦੋਹੇ ਪੇਪਰ ਤੁਹਾਡੇ ਲਈ ਇੰਪੋਰਟੈਂਟ ਨੇ ਦੋਹਾਂ ਦੇ ਨੰਬਰ ਫਾਈਨਲ ਰਿਜ਼ਲਟ ਦੇ ਵਿੱਚ ਐਡ ਹੋਣਗੇ 5ਵੀਂ ਟਰਮਾਂ ਟਰਮ 1 ਵਿੱਚ ਸਿਰਫ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇਗੀ ਭਾਵੇਂ ਗ੍ਰੇਡਿੰਗ ਵਾਲੇ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਕਰਵਾਈ ਜਾਵੇਗੀ ਗ੍ਰੇਡਿੰਗ ਵਾਲੇ ਸਬਜੈਕਟ ਹੁੰਦੇ ਆ ਜਿਵੇਂ ਕਿ ईवीएस ਹੋ ਗਿਆ ਕੰਪਿਊਟਰ ਹੋ ਗਿਆ ਵੈਲਕਮ ਲਾਈਫ ਹੋ ਗਿਆ ਇਹਨਾਂ ਦੀ ਜਿਹੜੀ ਪ੍ਰੀਖਿਆ ਵਾ ਟਰਮ 1 ਦੇ ਵਿੱਚ ਜਿਨ੍ਹਾਂ ਦੇ ਵਿੱਚ MCQ ਆਣੇ ਨੇ ਉਹਨਾਂ ਦੇ ਵਿੱਚ ਨਹੀਂ ਹੋਏਗੀ ਟਰਮ 2 ਦੇ ਵਿੱਚ ਕਰਵਾਈ ਜਾਏਗੀ ਇਸ ਟਰਮ ਦੇ ਵਿੱਚ ਪ੍ਰਯੋਗਿਕ ਪ੍ਰੀਖਿਆ ਨਹੀਂ ਲਈ ਜਾਵੇਗੀ ਮਤਲਬ ਕਿ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਵੀ ਇਸ ਟਰਮ ਦੇ ਵਿੱਚ ਨਹੀਂ ਕਰਵਾਈ ਜਾਏਗੀ ਸਿਰਫ ਤੇ ਸਿਰਫ MCQ ਹੋਣਗੇ 10ਵੀਂ ਅਤੇ 12ਵੀਂ ਸ਼੍ਰੇਣੀਆਂ ਦੇ ਵਿਲੱਖਣ ਸਮਰੱਥਾਵਾਂ ਵਾਲੇ ਵਿਦਿਆਰਥੀਆਂ ਦੀ ਟਰਮ 1 ਦੀ ਪ੍ਰੀਖਿਆ ਸਕੂਲ ਪੱਧਰ ਤੇ ਲਈ ਜਾਵੇਗੀ ਵਿਲੱਖਣ ਸਮਰੱਥਾ ਮਤਲਬ ਕਿ ਜਿਹੜੇ ਹੈਂਡੀਕੈਪਸ ਨੇ ਜਾਂ ਫਿਰ ਜਿਨ੍ਹਾਂ ਨੂੰ ਕੋਈ ਡਿਸੇਬਿਲਟੀ ਹੈ ਦਿਖਦਾ ਨਹੀਂ ਹੈਗਾ ਤਾਂ ਉਹ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਪ੍ਰੀਖਿਆ ਵਾ ਜਿਹੜੀ ਉਹ ਸਕੂਲ ਪੱਧਰ ਤੇ ਕਰਵਾਈ ਜਾਏਗੀ ਇਨ੍ਹਾਂ ਵਿਦਿਆਰਥੀਆਂ ਦੇ ਪ੍ਰਸ਼ਨ ਪੱਤਰ ਦੀ ਬੰਤਰ ਰੈਗੂਲਰ ਪ੍ਰੀਖਿਆਰਤਿਆਂ ਦੀਆਂ ਨਿਰਧਾਰਿਤ ਪ੍ਰਸ਼ਨ ਪੱਤਰ ਦੀ ਬੰਤਰ ਵਾਂਗ ਰੱਖੀ ਜਾਵੇ ਇਹਨਾਂ ਦੇ ਜਿਹੜੇ ਕੁਐਸਚਨ ਪੇਪਰ ਨੇ ਉਹ ਰੈਗੂਲਰ ਵਾਲਿਆਂ ਦੇ ਨਾਲ ਹੀ ਹੋਣਗੇ ਬਟ ਫਰਕ ਕਿੰਨਾ ਹੋਏਗਾ ਵੀ ਇਹ ਇਹਨਾਂ ਦੀ ਪ੍ਰੀਖਿਆ ਵਾ ਜਿਹੜੀ ਉਹ ਸਕੂਲ ਪੱਧਰ ਤੇ ਕਰਾਉਣੀ ਆ ਤੇ ਜਿਹੜੇ ਰੈਗੂਲਰ ਦੇ ਵਿਦਿਆਰਥੀ ਨੇ ਉਹ ਬੋਰਡ ਆਪਣੇ ਪੱਧਰ ਤੇ ਕਰਵਾਏਗਾ ਅਤੇ ਪ੍ਰਸ਼ਨ ਪੱਤਰ ਤਿਆਰ ਕਰਨ ਲਈ ਬੋਰਡ ਦੀ ਵੈੱਬਸਾਈਟ ਤੇ ਉਪਲਬਧ ਕਰਵਾਏ ਪ੍ਰਸ਼ਨ ਬੈਂਕ ਵਿੱਚੋਂ ਪ੍ਰਸ਼ਨ ਉੱਤਰ ਤਿਆਰ ਕੀਤੇ ਜਾਣਗੇ ਜਿਹੜੇ ਕਿ ਫਿਜ਼ੀਕਲੀ ਡਿਸੇਬਲ ਪਰਸਨਸ ਨੇ ਉਹਨਾਂ ਦੇ ਪ੍ਰਸ਼ਨ ਪੱਤਰ ਕੁਐਸਚਨ ਬੈਂਕ ਦੇ ਵਿੱਚੋਂ ਹੀ ਤਿਆਰ ਕੀਤੇ ਜਾਣਗੇ ਇਹ ਬਹੁਤ ਜ਼ਰੂਰੀ ਗੱਲ ਆ ਕਿ ਜਿਹੜੇ ਕੁਐਸਚਨ ਪ੍ਰਸ਼ਨ ਪੱਤਰ ਨੇ ਕੁਐਸਚਨ ਪੇਪਰਸ ਨੇ ਉਹ ਕੁਐਸਚਨ ਬੈਂਕ ਦੇ ਵਿੱਚੋਂ ਤਿਆਰ ਕੀਤੇ ਜਾਣਗੇ ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲਾ ਵਿਦਿਆਰਥੀਆਂ ਲਈ ਪ੍ਰੀਖਿਆ ਸੰਬੰਧੀ ਹਦਾਇਤਾਂ ਵੱਖਰੇ ਤੌਰ ਤੇ ਬੋਰਡ ਵੱਲੋਂ ਜਾਰੀ ਕੀਤੀਆਂ ਜਾਣਗੀਆਂ ਜਿਹੜੇ ਓਪਨ ਨੇ ਜਿਹੜੇ ਪ੍ਰਾਈਵੇਟ ਕਰ ਰਹੇ ਨੇ ਇਹ ਕਲਾਸਿਸ ਨੂੰ ਉਹਨਾਂ ਦੀਆਂ ਜਿਹੜੀਆਂ ਹਲੇ ਟਰਮਸ ਐਂਡ ਕੰਡੀਸ਼ਨਸ ਨੇ ਉਹਨਾਂ ਦੀਆਂ ਹਦਾਇਤਾਂ ਨੇ ਜਿਹੜੀਆਂ ਉਹ ਹਲੇ ਬੋਰਡ ਨੇ ਨਹੀਂ ਜਾਰੀ ਕੀਤੀਆਂ ਉਹ ਥੋੜੇ ਟਾਈਮ ਤੱਕ ਬੋਰਡ ਜਾਰੀ ਕਰ ਦੇਊਗਾ ਟਰਮ ਵਾਈਜ਼ ਪਾਠਕ੍ਰਮ ਦੀ ਵੰਡ ਪ੍ਰਸ਼ਨ ਪੱਤਰ ਦੇ ਰੂਪਰੇਖਾ ਅਨੁਸਾਰ ਮਾਡਲ ਪ੍ਰਸ਼ਨ ਪੱਤਰ ਤੇ ਅਤੇ ਹੋਰ ਹਦਾਇਤਾਂ ਦੀ ਵੈੱਬਸਾਈਟ ਤੇ ਜਲਦ ਉਪਲਬਧ ਕਰਵਾਏ ਜਾਣਗੇ ਜਿਹੜੇ ਮੋਲਟਸ ਪੇਪਰਸ ਨੇ ਜਾਂ ਹੋਰ ਰੂਪਰੇਖਾ अपना पेपर पैटर्न ਹੁੰਦਾ ਆ ਉਹ ਵੀ ਹਲੇ ਬੋਰਡ ਨੇ ਨਹੀਂ ਜਾਰੀ ਕੀਤਾ ਉਹ ਵੀ ਥੋੜੀ ਦੇਰ ਤੱਕ ਬੋਰਡ ਵੈਬਸਾਈਟ ਦੇ ਉੱਤੇ ਜਾਰੀ ਕਰ ਦਵੇਗਾ ਹਰੇਕ ਟਰਮ ਦੀ ਪ੍ਰੀਖਿਆ ਦੇ ਸਮੇਂ ਕਰੋਨਾ ਮਹਾਮਾਰੀ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਪ੍ਰੀਖਿਆ ਦੀ ਵਿਧੀ ਸੰਬੰਧੀ ਬੋਰਡ ਵੱਲੋਂ ਲਿਆ ਗਿਆ ਨਿਰਣੈ ਅੰਤਿਮ ਹੋਏਗਾ ਮਤਲਬ ਕਿ ਜੇ ਬਾਈ ਚਾਂਸ ਰੱਬ ਨਾ ਕਰੇ ਜੇ ਕੇਸਸ ਵਧਦੇ ਜਾਂਦੇ ਨੇ ਤਾਂ ਜਿਹੜੀਆਂ ਇਹ ਟਰਮਸ ਐਂਡ ਕੰਡੀਸ਼ਨਸ ਬੋਰਡ ਨੇ ਦੱਸੀਆਂ ਨੇ ਉਹ ਚੇਂਜ ਵੀ ਹੋ ਸਕਦੀਆਂ ਨੇ ਜੇ ਕਰੋਨਾ ਜ਼ਿਆਦਾ ਫੈਲ ਜਾਂਦਾ ਹੈ ਮਤਲਬ ਕਰੋਨਾ ਨੂੰ ਦੇਖਦੇ ਹੋਏ ਅੱਗੇ ਇਹ ਟਰਮਸ ਐਂਡ ਕੰਡੀਸ਼ਨਸ ਚੇਂਜ ਹੋ ਸਕਦੀਆਂ ਨੇ ਤਾਂ ਇਹ ਨੇ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਕਿ ਹਲੇ ਤੱਕ ਬੋਰਡ ਨੇ ਆਪਣੇ ਐਗਜ਼ਾਮੀਨੇਸ਼ਨਸ ਨੂੰ ਲੈ ਕੇ ਤਿਆਰ ਕੀਤੀਆਂ ਨੇ 5ਵੀਂ 8ਵੀਂ 10ਵੀਂ ਅਤੇ 12ਵੀਂ ਜਮਾਤ ਲਈ ਸੋ ਥੈਂਕ ਯੂ ਗਾਇਸ ਫਾਰ ਵਾਚਿੰਗ ਮਾਈ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤਾਂਕਿ ਸਾਰੇ ਦੇ ਸਾਰੇ ਡਾਊਟਸ ਤੁਹਾਡੇ ਫਰੈਂਡਸ ਦੇ ਵੀ ਕਲੀਅਰ ਹੋ ਜਾਣ ਤੇ ਜੇ ਕੋਈ ਡਾਊਟ ਹੈਗੇ ਇਸ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਇੱਕ ਗੱਲ ਹੋਰ ਮੈਂ ਆਪਣੇ ਲਿੰਕ ਦੇ ਡਿਸਕ੍ਰਿਪਸ਼ਨ ਚ ਆਪਣਾ ਟੈਲੀਗ੍ਰਾਮ ਦਾ ਚੈਨਲ ਦੇ ਰਹੀ ਹਾਂ ਜੇ ਕਿਸੇ ਨੇ ਕਿਸੇ ਵੀ ਸਬਜੈਕਟ ਦੇ ਨੋਟਸ ਚਾਹੀਦੇ ਨੇ ਤਾਂ ਉਹ ਟੈਲੀਗ੍ਰਾਮ ਚੈਨਲ ਤੇ ਜਾ ਕੇ ਲੈ ਸਕਦਾ ਹੈ ਥੈਂਕ ਯੂ ਗਾਇਸ